ਉਦੀ মিডিਆ ਬਹੁਤ ਕੁਝ ਕਹਿ ਰਿਹਾ ਬਹੁਤ ਗੱਲਾਂ ਫਲਾ ਰਿਹਾ ਬਾਜੀ ਇਹ ਖਾਲਸਤਾਨੀ ਹੈ ਫਲਾਨਾ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣੀ ਚਾਹੁੰਦਾ ਵਾ ਜਿੰਨਾ ਹਿੰਦੁਸਤਾਨ ਕਹਿਣਾ ਗਨਾਹ ਆ ਇਸ ਭਾਰਤ ਮੋਲਕ ਨੂੰ ਤਾਂ ਫਿਰ ਉਹ ਖਾਲਸਤਾਨ ਕਹਿਣਾ ਵੀ ਗਨਾਹ ਨਹੀਂ ਗਾ ਤੇ ਹਿੰਦੁਸਤਾਨ ਕਹਿਣਾ ਨਹੀਂ ਗਨਾਹ ਵਾ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਦੇਸ਼ ਦਾ ਨਾਮ ਭਾਰਤ ਵਾ ਇੰਡੀਆ ਵਾ ਨਾ ਕਿ ਹਿੰਦੁਸਤਾਨ ਕੋਈ ਵੀ ਇਹਨਾਂ ਦਾ ਜਿੰਨਾ ਗੋਦੀ মিডিਆ ਵਾ ਸਾਨੂੰ ਸਾਬਤ ਕਰਕੇ ਦਿਖਾਵੇ ਦਿਖਾਵੇ ਕਿ ਅਸੀਂ ਇੱਥੇ ਅੱਗ ਲਾਈਆ ਤੇ ਉਹਦਾ ਅਸਰ ਦਿੱਲੀ ਜਾ ਰਿਹਾ ਵਾ ਨਹੀਂ ਜਾ ਰਿਹਾ ਜਿਹੜੇ ਇਹਨਾਂ ਦੇ ਕਾਰਖਾਨੇ ਨੇ ਜਿਹੜੇ ਇਹਨਾਂ ਦੀ ਇੰਡਸਟਰੀ ਆ ਉਹ ਪੋਲਿਊਟ ਕਰ ਰਹੀ ਆ ਉਹਨੂੰ ਜਦੋਂ ਕਿ ਕਿਸਾਨ 6 ਮਹੀਨੇ ਸਾਲ 'ਚ ਇੱਕ ਵਾਰੀ ਅੱਗ ਲਾਉਂਦਾ ਤਾਂ ਉਹਨੂੰ ਤੁਸੀਂ ਕਿਵੇਂ ਦੇ ਜਿਹੜੀ ਇੱਕ ਧਾਰਨਾ ਬਣਾਈ ਗਈ ਸੀ ਯਾਰ ਵੀ ਕਿਸਾਨ ਤਾਂ ਬਸਿੱਧਾ ਸਾਦਾ ਵਾ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈਗਾ ਉਹ ਜਿਹੜੇ ਕਿਸਾਨ ਜਿਹੜੇ ਉਹਨਾਂ ਦੇ ਗਲ ਚ ਪਏ ਹੋਏ ਉਹ ਜਿਹੜੇ ਉਹਨਾਂ ਨੇ ਫਿਲਮਾਂ ਦੇ ਵਿੱਚ 90 60 ਵਾਲੀਆਂ ਫਿਲਮਾਂ ਦੇ ਵਿੱਚ ਬਚਪਨ ਦੇ ਵਿੱਚ ਦੇਖੇ ਹੋਏ ਨੇ ਉਹਨਾਂ ਨੂੰ ਉਹ ਲੱਗਦਾ ਵੀ ਇਹ ਉਹ ਜ਼ਿਮੀਦਾਰ ਨੇ ਜਿਹੜੇ ਸਾਡੇ ਸੈਂਟਰ ਇੰਡੀਆ ਦੇ ਵਿੱਚ ਜਾਂ ਸਾਊਥ ਇੰਡੀਆ ਦੇ ਵਿੱਚ ਤੋਤੀ ਬਨ ਕੇ ਗਰੀਬ ਕਿਸਾਨ ਜਿਹੜੇ ਬੜਦਨਾ ਖੇਤੀ ਕਰਦੇ ਸਾਡੇ ਵੀ ਬਜ਼ੁਰਗ ਕਰਦੇ ਸੀ ਬੜਦਨਾ ਖੇਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ 60 ਤੋਂ ਪਹਿਲਾਂ ਸਾਡੇ ਬਜ਼ੁਰਗ ਵੀ ਕਰਦੇ ਹੁੰਦੇ ਸੀ ਲੇਕਿਨ ਸਾਡੇ ਤਰੱਕੀ ਇੰਨੀ ਹੋਈ ਮ ਜਮੀਨ ਜਰਕੇ ਸੀਗੀ ਉਹਦੀ ਵਜ੍ਹਾ ਨਾਲ ਪੈਸਾ ਆਇਆ ਪੈਸੇ ਦੇ ਨਾਲ ਸਾਡੇ ਕੋਲੇ ਖੇਤੀਬਾੜੀ ਵਾਲੇ ਸੰਦ ਆਏ ਉਹਦੇ ਨਾਲ ਸਾਡਾ ਲਿਵਿੰਗ ਸਟੈਂਡਰਡ ਜਿਹੜਾ ਸੀ ਅਪ ਹੋਇਆ ਤੇ ਸਾਡੇ ਬੱਚੇ ਕਾਲਜਾਂ ਵਿੱਚ ਪੜ੍ਹੇ ਹੁਣ ਵੀ 80% ਜਵਾਨੀ ਪੰਜਾਬ ਦੀ ਜਿਹੜੀ ਬਾਹਰ ਜਾ ਰਹੀ ਆ ਪੋਸਟ ਗ੍ਰੈਜੂਏਟ ਗ੍ਰੈਜੂਏਟ ਤੇ ਪਲੱਸ ਇੰਟਰਮੀਡੀਏਟ ਕਰਕੇ ਹੇਤਾ ਕੱਲੇ ਟ੍ਰੈਕਟਰ ਟਰਾਲੀਆਂ ਨੇ ਜੇ ਕਿਤੇ ਕੱਲ ਨੂੰ ਉਹ ਕਹਿ ਦੇਣ ਵੀ ਤੁਸੀਂ ਜਿੰਨਾ ਤੁਹਾਡੇ ਕੋਲੇ ਵਧੀਆ ਤੋਂ ਵਧੀਆ ਚੀਜ਼ ਆ ਜਾਂ ਜਾਨ ਘੋੜੇ ਆ ਜਾਂ ਜਾਂ ਸਾਡੇ ਕੋਲੇ ਗੱਡੀਆਂ ਨੇ ਵਹੀਕਲ ਨੇ ਜਾਂ ਸਾਡੇ ਕੋਲੇ ਹੋਰ ਜਿੰਨੀ ਲਗਜ਼ਰੀ ਲਾਈਫ ਜੇ ਅਸੀਂ ਉਹ ਲੈ ਕੇ ਆ ਗਏ ਤਾਂ ਇਹਨਾਂ ਨੇ ਤਾਂ ਖਤਮ ਹੋ ਜਾਣਾ ਵੀ ਇਹਨਾਂ ਕੋਲੇ ਰੁਪਈਆ ਕਿੱਥੋਂ ਆ ਗਿਆ ਇਹਨਾਂ ਜਦੋਂ ਕਿ ਅਸੀਂ ਹਰ ਚੀਜ਼ ਦੇ ਉੱਤੇ ਉਹਨਾਂ ਨੂੰ ਟੈਕਸ ਪੇਏਬਲ ਸ਼ਹਿਰੀਆਂ ਸੀ ਹਰ ਚੀਜ਼ ਦੇ ਉੱਤੇ ਟੈਕਸ ਦਿੰਦੇ ਕੱਲੀ-ਕੱਲੀ ਦੇ ਇਹਦੇ ਵਿੱਚ ਕੋਈ ਉਹ ਆਪਦੇ ਨਹੀਂ ਉਹ ਪ੍ਰੋਪਾਗੈਂਡਾ ਕਰ ਰਹੇ ਆ ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਰਾਏ ਮੋਦੇ ਦੇਖਦੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਇੰਦਰਪਾਲ ਸਿੰਘ ਤੁਨਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਵਿੱਚ ਮੋਰਚਾ ਲੱਗਿਆ ਹੋਇਆ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਆ ਚੁੱਕਾ ਹੋ ਚੁੱਕਿਆ ਹੈ ਸੋ ਪੰਜਾਬ ਨੇ ਅਗਵਾਈ ਕੀਤੀ ਹੈ ਇਹ ਸਾਡਾ ਇਤਿਹਾਸ ਰਿਹਾ ਹੈ ਪਛੋਕੜ ਰਿਹਾ ਹੈ ਵੀ ਜਦੋਂ ਵੀ ਕੋਈ ਜੰਗਾਂ ਲੜੀਆਂ ਗਈਆਂ ਨੇ ਕੋਈ ਅੰਦੋਲਨ ਦੀ ਵਾਰੀ ਆਈ ਹੈ ਤਾਂ ਪੰਜਾਬ ਨੇ ਮੋਰੀ ਰੋਲ ਅਦਾ ਕੀਤਾ ਇਸ ਵਾਰੀ ਜਿਹਾ ਹੋਇਆ ਪੰਜਾਬ ਨੇ ਮੋਰੀ ਰੋਲ ਅਦਾ ਕੀਤਾ ਪੰਜਾਬ ਨੇ ਅਗਵਾਈ ਕੀਤੀ ਤੇ ਸਾਰਾ ਦੇਸ਼ ਮਗਰ ਉੱਠ ਖੜਾ ਹੋਇਆ ਕੀ ਹਰਿਆਣਾ ਕੀ ਹਿਮਾਚਲ ਕੀ ਰਾਜਸਥਾਨ ਕੇਰਲ ਤੱਕ ਦੇ ਜਿਹੜੇ ਕਿਸਾਨ ਨੇ ਉਹ ਦਿੱਲੀ ਮੋਰਚੇ ਜਟੇ ਹੋਏ ਨੇ ਪਰ ਜਿਹੜਾ ਸਾਡਾ ਭਾਜਪਾ ਦੇ ਲੀਡਰ ਨੇ ਜਾਂ ਜਿਹੜੇ ਸਾਡਾ ਗੋਦੀ মিডিਆ ਉਹ ਇਸ ਨੂੰ ਵਕ ਵਕ ਧਾਰਨਾਵਾਂ ਨਾਲ ਜਿਹੜਾ ਹੈ ਜੋੜ ਕੇ ਦੇਖ ਰਿਹਾ ਸ਼ੁਰੂ ਤੋਂ ਸਾਨੂੰ ਵਕਵਾਦੀ ਦੱਸ ਰਿਹਾ ਸਾਨੂੰ ਖਾਲਸਤਾਨੀ ਦੱਸ ਰਿਹਾ ਪਰ ਅੱਜ ਪਤਾ ਲੱਗਿਆ ਵੀ ਸਾਰਾ ਦੇਸ਼ ਹੀ ਖਾਲਸਤਾਨੀਆਂ ਨੇ ਗੋਦੀ ਮੀਡੀਆ ਬਾਹਰ ਪਰ ਲੱਗੇ ਸਾਰਾ ਦੇਸ਼ ਖਾਲਸਤਾਨੀਆਂ ਦਾ ਉਹ ਤਾਂ ਮੈਂ ਇਹ ਕਹਿ ਰਿਹਾ ਜਿਹੜੇ ਉੱਥੇ ਲੋਕ ਬੈਠੇ ਨੇ ਆਪਣੀ ਹੱਕੀ ਮੰਗਾਂ ਲਈ ਬੈਠੇ ਜਿਹੜਾ ਹੱਕੀ ਮੰਗਾਂ ਦੀ ਗੱਲ ਕਰਦਾ ਉਹਨੂੰ ਮੋਦੀ ਸਰਕਾਰ ਐਂਟੀ ਨੈਸ਼ਨਲ ਕਹਿ ਦਿੰਦੀ ਹੈ ਖਾਲਸਤਾਨੀ ਕਹਿ ਦਿੰਦੀ ਹੈ ਵਕਵਾਦੀ ਕਹਿ ਦਿੰਦੀ ਹੈ ਕਹਿ ਦਿੰਦੀ ਹੈ ਕਦੇ ਅਰਬਨ ਐਕਸਲਾਈਟ ਤੋਂ ਵਕ ਵਕ ਚੀਜ਼ਾਂ ਧ ਸੋ ਬੀਤੇ ਨੇ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਗੋਦੀ মিডিਆ ਦਾ ਪੱਤਰਕਾਰ ਦੂਨੋਂ ਸੜਕ ਤੋਂ ਖੜ ਕੇ ਵੀਡੀਓ ਬਣਾਉਂਦਾ ਖੇਤਾਂ ਦੀ ਤੇ ਕਹਿੰਦਾ ਜੀ ਦੇਖੋ ਜਿਹੜਾ ਕਿਸਾਨ ਹੈ ਪੰਜਾਬ ਦੇ ਕਿਸੇ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਦੀ ਵੀਡੀਓ ਹੈਗੀ ਵੀ ਦੇਖੋ ਜਿਹੜਾ ਕਿਸਾਨ ਹੈ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਿਹਾ ਹੈ ਪਰ ਜਿਹੜੇ ਉੱਥੇ ਬੈਠੇ ਨੇ ਉਹ ਲੋਕ ਹੋਰ ਨੇ ਹਾਲਾ ਕਿ ਉਸ ਪੱਤਰਕਾਰ ਦੀ ਇੰਨੀ ਹਿੰਮਤ ਨਹੀਂ ਪਈ ਵੀ ਉਹ ਜਾ ਕੇ ਕਿਸਾਨ ਨਾਲ ਉਸ ਕਿਸਾਨ ਨਾਲ ਗੱਲ ਕਰ ਸਕੇ ਵੀ ਹਾਂ ਸੱਚਾਈ ਕੀ ਹੈ ਉਸ ਨਾਲ ਗੱਲਬਾਤ ਕਰ ਸਕੇ ਉਹਨੂੰ ਪੁੱਛ ਇਹੀ ਪੁੱਛ ਲੈਂਦਾ ਉਹ ਗੋਦੀ মিডিਆ ਦਾ ਪੱਤਰਕਾਰ ਵੀ ਇਹ ਜਿਹੜੇ ਕਾਨੂੰਨ ਨੇ ਇਹ ਹੀ ਨੇ ਜਾਂ ਗਲਤ ਨੇ ਸੋਰੀ ਇੰਨੀ ਹਿੰਮਤ ਨਹੀਂ ਪਈ ਉਹਨਾਂ ਦੂਰ ਸੜਕ ਤੋਂ ਖੜਕੇ ਦੂਰੋਂ ਵੀਡੀਓ ਬਣਾ ਕੇ ਇਸ ਤਰ੍ਹਾਂ ਦੀ ਧਾਰਨਾ ਇਸ ਤਰ੍ਹਾਂ ਫਵਾਫ ਲਾਉਣ ਦੀ ਕੋਸ਼ਿਸ਼ ਕੀਤੀ ਵੀ ਹੈ ਕਿ ਕਿਸਾਨ ਤੱਕ ਖੇਤਾਂ 'ਚ ਖੜਾ ਤੇ ਉੱਥੇ ਲੋਕ ਜਿਹੜੇ ਹੋਰ ਬੈਠੇ ਨਹੀਂ ਸੋ ਅਸੀਂ ਵੀ ਖੇਤ ਵਿੱਚ ਆਏ ਆ ਇੱਥੇ ਸਾਨੂੰ ਕਿਸਾਨ ਨਜ਼ਰ ਆਇਆ ਇਹਨਾਂ ਹੀ ਗੱਲਬਾਤ ਕਰਾਂਗੇ ਅਸੀਂ ਦੱਸਾਂਗੇ ਗੋਦੀ ਮੀਡੀਆ ਨੂੰ ਵੀ ਦੂਰੋਂ ਵੀਡੀਓ ਬਣਾ ਕੇ ਜੋ ਮਰਜ਼ੀ ਤੁਸੀਂ ਪ੍ਰਪੋਗੈਂਡਾ ਬਣਾਈ ਜੋ ਉਹ 'ਚ ਕੋਈ ਹਰਜ਼ ਨਹੀਂ ਹੈਗਾ ਜਦੋਂ ਅਸੀਂ ਕੋਲ ਜਾ ਕੇ ਗੱਲ ਕਰਾਂਗੇ ਤਾਂ ਪਤਾ ਲੱਗਦਾ ਸਚਾਈ ਕੀ ਹੈ ਕਿਸਾਨ ਕੋਲੋਂ ਅਸੀਂ ਇਹ ਕਿਸਾਨ ਸਾਡੇ ਨਾਲ ਨੋਜਵਾਨ ਵੀ ਖੜੇ ਨੇ ਗੱਲਬਾਤ ਕਰਨਗੇ ਵੀ ਇਹ ਕਿਸਾਨ ਇੱਥੇ ਖੜੇ ਨੇ ਜਿਹੜੇ ਧਰਨੇ ਦੇ ਬੈਠੇ ਨੇ ਉਹ ਕੌਣ ਨੇ ਕਿਸਾਨ ਆਪ ਆਪਣੀ ਜ਼ੁਬਾਨ ਤੋਂ ਦੱਸਣਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਾਪੂ ਜੀ ਤੁਸੀਂ ਇੱਥੇ ਖੜੇ ਹੋ ਅੱਜ ਮੈਂ ਪਹਿਲਾਂ ਗੱਲ ਕੀਤੀ ਐ ਵੀ ਗੋਦੀ ਮੀਡੀਆ ਕਹਿ ਰਿਹਾ ਵੀ ਕਿਸਾਨ ਤਾਂ ਖੇਤਾਂ ਦੇ ਖੜੇ ਨੇ ਉੱਥੇ ਲੋਕ ਹੋਰ ਬੈਠੇ ਨੇ ਵਰੇ ਤੁਹਾਡੇ ਕਿਹਣਾ ਜੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹ ਵੀ ਸਾਡੇ ਭਾਈ ਨੇ ਅਸੀਂ ਉਹਨਾਂ ਦੇ ਭਾਈ ਆ ਉਹਦੀ ਵਜ੍ਹਾ ਕੀ ਆ ਕਿ ਜਿਹੜਾ ਅਸੀਂ ਸਾਡਾ ਇੱਕ ਸ਼ਡਿਊਲ ਬਣਿਆ ਹੋਇਆ ਵਾ ਸਾਡੇ ਪਿੰਡਾਂ ਦੀਆਂ ਟਰਾਲੀਆਂ ਅੱਡ ਅੱਡ ਯੂਨਿਟ ਸਾਡੇ ਉੱਥ 10 ਦਿਨਾਂ ਬਾਅਦ ਜਾਂ 7 ਦਿਨਾਂ ਬਾਅਦ ਇੱਕ ਸਰਕਲ ਬਣਾਇਆ ਹੋਇਆ ਸੀ 7 ਦਿਨਾਂ ਬਾਅਦ ਬੰਦੇ ਚੇਂਜ ਹੋ ਜਾਂਦੇ ਇੱਥੇ ਆ ਜਾਂਦੇ ਕੋਸ਼ ਕੰਮ ਕਰਦੇ ਹੁੰਦੇ ਨੇ ਕੁਝ ਫੈਮਿਲੀਆ ਦੇ ਕੰਮਕਾਰ ਹੁੰਦੇ ਨੇ ਕੋਈ ਰਿਸ਼ਤੇਦਾਰੀ ਚ ਬੰਦੇ ਨੇ ਜਾਣਾ ਹੁੰਦਾ ਸੋ ਤਾਂ ਕਰਕੇ ਉਹ ਬਦਲਦੇ ਰਹਿੰਦੇ ਨੇ ਹੁਣ ਅਸੀਂ ਵੀ ਆ ਪਾਣੀ ਲਾਉਣ ਲਈ ਆਏ ਹੋਏ ਹਾਂ ਅਸੀਂ ਪਿਛਲੇ ਹਫਤੇ ਆਏ ਹਾਂ ਤੇ 10 ਦਿਨ ਪਹਿਲਾਂ ਲਾ ਕੇ ਆਏ ਫਿਰ 2 ਦਿਨ ਦਾ 3 ਦਿਨ ਦਾ ਗੈਪ ਆਇਆ ਫਿਰ 10 ਦਿਨ ਲਾ ਕੇ ਗਏ ਸੀ ਇਸ ਤਰ੍ਹਾਂ ਇਹ ਟਰਮ ਬਾਈ ਟਰਮ ਚਲਦੇ ਰਹਿੰਦੇ ਆ ਉਹਨਾਂ ਦਾ ਦਿਖਾਉਣਾ ਦੂਜੇ ਬੰਦੇ ਜਿਹੜਾ ਗੋਦੀ ਮੀਡੀਆ ਉਹ ਬਹੁਤ ਕੁਝ ਕਹਿ ਰਿਹਾ ਬਹੁਤ ਗੱਲਾਂ ਫੁਲਾ ਰਿਹਾ ਵਾ ਜੀ ਇਹ ਖਾਲਸਤਾਨੀ ਹੈ ਫੁਲਾਨ ਮੈਂ ਤੁਹਾਡੇ ਮਾਦਮ ਰਹੀ ਇੱਕ ਗੱਲ ਕਹਿਣੀ ਚਾਹੁੰਨਾ ਵਾ ਜਿੰਨਾ ਹਿੰਦੁਸਤਾਨ ਕਹਿਣਾ ਗਨਾਹ ਆ ਇਸ ਭਾਰਤ ਮੋਲਕ ਨੂੰ ਤਾਂ ਫਿਰ ਉਹ ਖਾਲਸਤਾਨ ਕਹਿਣਾ ਵੀ ਗਨਾਹ ਨਹੀਂਗਾ ਜੇ ਹਿੰਦੁਸਤਾਨ ਕਹਿਣਾ ਨਹੀਂ ਗਨਾਵਾ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਦੇਸ਼ ਦਾ ਨਾਮ ਹੈ ਉਹ ਭਾਰਤ ਵਾ ਇੰਡੀਆ ਵਾ ਨਾ ਕਿ ਹਿੰਦੁਸਤਾਨ ਹਿੰਦੁਸਤਾਨ ਇੱਕ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਕੇ ਉਹ ਦੱਸਦੇ ਨੇ ਇਸੇ ਲਈ ਅਸੀਂ ਖਾਲਸਤਾਨ ਕਹਿੰਦੇ ਆ ਤਾਂ ਉਹ ਕੋਈ ਮਾੜੀ ਗੱਲ ਨਹੀਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਸਾਡੀ ਨਹੀਂ ਗੱਲ ਜਾਹਰ ਕਰਤੀ ਹੈ ਵੀ ਖਾਲਸਤਾਨ ਕਹਿਣਾ ਜਾਂ ਸ਼ਾਂਤਮਈ ਢੰਗ ਨਾਲ ਇਸ ਦੇ ਬਾਰੇ ਅੰਦੋਲਨ ਕਰਨਾ ਕੋਈ ਮਾੜਾ ਨਹੀਂਗਾ ਤਾਂ ਉਹਦੇ ਲਈ ਮੇਰਾ ਹੀ ਇਹਨ ਗੋਦੀ মিডিਆ ਨੂੰ ਜਵਾਬ ਆ ਵੀ ਤੁਸੀਂ ਜਾ ਕੇ ਬੰਦਿਆਂ ਨਾਲ ਫੇਸ ਟੂ ਫੇਸ ਗੱਲ ਕਰੋ ਫੇਰ ਤੁਸੀਂ ਉਹ ਜੋ ਕਹਿੰਦੇ ਨੇ ਵੀ ਹਾਂ ਸਾਨੂੰ ਚੰਗੇ ਲੱਗਦੇ ਤਾਂ ਦਿਖਾਓ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਤਾਂ ਗੱਲ ਕੀਤੀ ਹੈ ਵੀ ਤੁਸੀਂ ਖੜੇ ਹੋ ਅਸੀਂ ਤੁਹਾਡੇ ਕੋਲ ਆਏ ਆ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਪਰ ਉਹ ਜੋ ਚੈਨਲ ਦਿਖਾ ਰਿਹਾ ਉਹਨਾਂ ਨੇ ਦੂਰੋਂ ਵੀਡੀਓ ਬਣਾਈ ਉਹ ਧਾਰਨਾ ਤੁਸੀਂ ਕਿਵੇਂ ਦੇਖਦੇ ਹੋਣੇ ਖੇਤੀ ਕਾਨੂੰਨ ਨੇ ਸਾਰਾ ਪੰਜਾਬ ਤਾਂ ਉਹਦੇ ਖਿਲਾਫ ਖੜਾ ਹੀ ਹੈ ਤੁਸੀਂ ਵੀ ਉਹਦੇ ਖਿਲਾਫ ਖੜੇ ਹੋ ਤਾਂ ਇੱਕ ਪੰਜਾਬ ਨੇ ਅਗਵਾਈ ਕੀਤੀ ਹੈ ਸਾਰਾ ਦੇਸ਼ ਖੜਾ ਹੋ ਗਿਆ ਚਲੋ ਜੇ ਕੱਲਾ ਉੱਥੇ ਪੰਜਾਬ ਬੈਠਾ ਸੀ ਪਹਿਲਾਂ ਆ ਕੇ ਤਾਂ ਇਹਨਾਂ ਨੇ ਖਾਲਸਾ ਜਦੋਂ ਸਾਰਾ ਦੇਸ਼ ਹੀ ਖੜਾ ਨਹੀਂ ਹਰ ਫਿਰਕੇ ਦਾ ਬੰਦਾ ਬੈਠਾ ਉੱਥੇ ਹਿੰਦੂ ਵੀ ਬੈਠੇ ਆ ਸਿੱਖ ਵੀ ਬੈਠੇ ਆ ਹਰ ਧਰਮ ਜਾਤ ਦੇ ਲੋਕ ਬੈਠੇ ਨਹੀਂ ਪਰ ਫਿਰ ਵੀ ਇਹ ਬੀਜਪੀ ਜਾਂ ਇਹ ਗੋਦੀ ਮੇਡ ਨੂੰ ਸਮਝ ਕਿਉਂ ਨਹੀਂ ਆ ਰਿਹਾ ਜੀ ਨਹੀਂ ਕਿਉਂਕਿ ਉਹਦੀ ਉਹਦੀ ਵਜ੍ਹਾ ਇੱਕ ਵਾਰ ਇਹ ਇਕੱਲੇ ਕਿਸੇ ਇੱਕ ਕਿਸਾਨ ਲਈ ਨਹੀਂ ਹੈਗਾ ਇਹ ਨੁਕਸ ਪੈ ਰਿਹਾ ਜੇ ਕਈਏ ਵੀ ਇਹ ਕਿਸਾਨ ਲਈ ਕਾਲਿਆ ਇਹ ਜਿੰਨਾ ਜਿਹੜਾ ਵੀ ਬੰਦਾ ਰੋਟੀ ਖਾ ਰਿਹਾ ਵਾ ਅੱਜ ਦੀ ਤਰੀਕ ਦੇ ਵਿੱਚ ਉਹ ਚਾਹੇ Hindu ਆ ਚਾਹੇ Muslim ਆ ਚਾਹੇ Sikh ਆ ਚਾਹੇ ईसाई ਆ ਉਹ ਉਹਨਾਂ ਸਾਰਿਆਂ ਲਈ ਹੀ ਮਾੜੇ ਨੇ ਉਹਦੀ ਵਜ੍ਹਾ ਇਹ ਆ ਵੀ ਜਿਹੜਾ ਬੇਸਿਕ ਆ ਜਿਹੜਾ ਸਾਡੇ ਦੇਸ਼ ਦਾ ਫਾਊਂਡੇਸ਼ਨ ਆ ਮੇਨ ਉਹ ਇੱਥੋਂ ਮਿੱਟੀ ਤੋਂ ਤੁਰਦੀ ਆ ਜੇ ਮਿੱਟੀ ਦੀ ਨਾਲ ਜੁੜੇ ਹੋਏ ਬੰਦੇ ਨਹੀਂ ਰੋਟੀ ਖਾ ਸਕਣਗੇ ਤਾਂ ਕੋਈ ਵੀ ਨਹੀਂ ਖਾ ਸਕੂਗਾ ਨਾ ਇਹਨਾਂ ਦੇ ਬਿਰਲੇ ਨਾ ਮਹਾਰਾਨੀ ਨਾ ਅਡਾਨੀ ਕੋਈ ਵੀ ਸਭ ਭੁੱਖੇ ਮਰਨਗੇ ਕਿੱਥੋਂ ਲੈ ਕੇ ਆਉਣਗੇ ਉਹ ਚਲੋ ਜੇ ਚਾਰ ਚਾਰ ਪਰਿਵਾਰ ਜਾਂ 10 ਪਰਿਵਾਰ ਉੱਪਰਲੇ ਜਿਹੜੇ ਟੌਪ ਕਲਾਸ ਵਾਲੇ ਆ ਉਹ ਬਾਹਰੋਂ ਲੈ ਕੇ ਖਾ ਲੈਣਗੇ ਲੇਕਿਨ ਜਿਹੜੇ ਬਾਕੀ ਲੋਕਲ ਆ ਮਿਡਲ ਕਲਾਸ ਆ ਅਪਰ ਮਿਡਲ ਕਲਾਸ ਆ ਲੋਅਰ ਕਲਾਸ ਤਾਂ ਵੈਸੇ ਹੀ ਜਾਊਗੀ ਉਹਨੂੰ ਉਹਨੇ ਤਾਂ ਰੋਜ਼ ਦੀ ਰੋਜ਼ ਖਾਣਾ ਵਾ ਇਸ ਲਈ ਇਹ ਅਸਰ ਸਾਰਿਆਂ ਤੇ ਆ ਕਿਸੇ ਇੱਕ ਤਬਕੇ ਨਾਲ ਇਹਨੂੰ ਜਿਹੜਾ ਜੋੜਿਆ ਜਾ ਰਿਹਾ ਵੀ ਸਿਰਫ ਕਿਸਾਨਾਂ ਦਾ ਮੁੱਦਾ ਨਹੀਂ ਹੈਗਾਗਾ ਉਹ ਸਾਡੇ ਸਾਰਿਆਂ ਲਈ ਅਸੀਂ ਲੜ ਰਹੇ ਆਂ ਸਾਰੀ ਕਮਿਊਨਿਟੀ ਲਈ ਲੜ ਰਹੇ ਆਂ ਕਿਸੇ ਇੱਕ ਪਰਸਨ ਲਈ ਨਹੀਂ ਲੜ ਰਹੇਗੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਲੜ ਰਹੇਗੇ ਕਿਸੇ ਇੱਕ ਧਰਮ ਲਈ ਨਹੀਂ ਲੜ ਰਹੇ ਇਹ ਅਸੀਂ ਸਾਰਿਆਂ ਦੀ ਲੜਾਈ ਲੜ ਰਹੇ ਆਂ ਤੇ ਜਿੰਨੀ ਛੇਤੀ ਇਹ ਲੋਕ ਸਮਝ ਜਾਣਗੇ ਉਨਾ ਹੀ ਸਾਡੇ ਸਾਰਿਆਂ ਲਈ ਚੰਗਾ ਹੋਊ 30 ਦਸੰਬਰ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਚਰਚਾ ਇਹ ਨਿਕਲੀ ਆ ਵੀ ਜਿਹੜੀ ਸਰਕਾਰ ਹੈ ਉਹ ਜਿਹੜੇ ਦੋ ਬਿਜਲੀ ਦਾ ਬਿਜਲੀ ਦਾ ਜਿਹੜਾ ਕਾਨੂੰਨ ਹੋ ਗਿਆ ਤੇ ਜਿਹੜਾ ਕਪਰਾਲੀ ਨੂੰ ਲੈ ਕੇ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਸੀ ਉਹ ਵਾਪਸ ਲੈਣ ਦੀ ਚਰਚਾ ਹੋ ਰਹੀ ਹੈ ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕੀ ਸਾਡੇ ਜਿੱਤ ਵੱਲ ਕਦਮ ਵੱਧ ਰਹੇ ਨੇ ਜੀ ਇਹ ਨਹੀਂ ਨਹੀਂ ਇਹ ਜਿੱਤ ਵੱਲ ਕੋਈ ਨਹੀਂ ਇਹ ਉਹਨਾਂ ਨੇ ਇੱਕ ਲਾਲੀਪਾਪ ਦਿੱਤਾ ਵਾ ਜਿਹੜਾ ਪਰਾਲੀ ਵਾਲਾ ਵਾਪਸ ਹੋਇਆ ਵਾ ਉਹ 95 ਦਾ ਬਣਿਆ ਹੋਇਆ ਕਾਨੂੰਨ ਆ ਇਹ ਐਮੈਂਡਮੈਂਟ ਸੀਗੀ ਤਰਮੀਮ ਕਰੀ ਆ ਮੋਦੀ ਮੋਦੀ ਸਰਕਾਰ ਨੇ ਉਹਨਾਂ ਨੇ ਉਹ ਵਰਬਲੀ ਲਈ ਆ ਵਾਪਸ ਐਕਚੁਅਲ ਹਰੇ ਕੋਈ ਵਾਪਸ ਨਹੀਂ ਲਏਗੀ ਜਦੋਂ ਲੈਣਗੇ ਉਦੋਂ ਅਸੀਂ ਮੰਨਾਂਗੇ ਵੀ ਹਾਂ ਸਾਡੇ ਪੱਲੇ ਕੁਝ ਪੈ ਗਿਆ ਵਰਬਲੀ ਕਹਿਤਾ ਉਹਨਾਂ ਨੇ ਜਿੰਨਾ ਚਿਰ ਉਹ ਬਾਜ਼ਾਰਤ ਤੋਂ ਇਕੱਠੇ ਕਰਕੇ ਜਾਂ ਸੰਸਦ ਦੇ ਵਿੱਚ ਜਾਂ ਰਾਸ਼ਟਰਪਤੀ ਤੋਂ ਮਨਜ਼ੂਰੀ ਨਹੀਂ ਮਿਲਦੀ ਉਹਨਾਂ ਚਿਰ ਉਹਦਾ ਵਰਬਲੀ ਕਹਿਦਾ ਕੋਈ ਫਾਇਦਾ ਨਹੀਂ ਕਿਉਂਕਿ ਅੱਗੇ ਵੀ ਉਹਨਾਂ ਨੇ ਬਹੁਤ ਕੁਝ ਵਰਬਲੀ ਕਿਹਾ ਵਾ ਜਿਹਦਾ ਕਿ ਸਾਨੂੰ ਕੋਈ ਅਸਰ ਨਹੀਂ ਹੋਇਆ 1 ਕਰੋੜ ਰੁਪਏ ਜੁਰਮਾਨਾ ਰੱਖਿਆ ਗਿਆ ਪੋਲੂਸ਼ਨ ਦਾ ਹਾਂ ਪੋਲੂਸ਼ਨ ਦਾ ਨਹੀਂਗਾ ਉਹ ਸਿਰਫ ਜਿਮੀ ਜਿਮੀਦਾਰ ਜਿਮੀਦਾਰ ਤਬਕੇ ਨੂੰ ਆ ਪਰਾਲੀ ਦਾ ਜਦੋਂ ਅਸੀਂ ਸਾਡੀ ਨੀ ਉਮਰ ਹੋਊਗੀ 40-45 ਸਾਲ ਅਸੀਂ ਮੈਂ ਇੰਜੀਨੀਅਰਾਂ ਪੇਸ਼ੇ ਤੋਂ ਬਟ ਜਿਹੜਾ ਇੱਥੋਂ ਜਾਣੀ ਉੱਥੇ ਫੋਗ ਜਾਣੀ ਜਾਂ ਇੱਥੋਂ ਧੂਆਂ ਜਾਣਾ ਬਹੁਤ ਮੁਸ਼ਕਲ ਆ ਕੋਈ ਵੀ ਇਹਨਾਂ ਦਾ ਜਿੰਨਾ ਗੋਦੀ মিডিਆ ਵਾ ਸਾਨੂੰ ਸਾਬਤ ਕਰਕੇ ਦਿਖਾ ਦੇਵੇ ਦਿਖਾਵੇ ਕਿ ਅਸੀਂ ਇੱਥੇ ਅੱਗ ਲਾਈਆ ਤੇ ਉਹਦਾ ਅਸਰ ਦਿੱਲੀ ਜਾ ਰਿਹਾ ਵਾ ਨਹੀਂ ਜਾ ਰਿਹਾ ਜਿਹੜੇ ਇਹਨਾਂ ਦੇ ਕਾਰਖਾਨੇ ਨੇ ਜਿਹੜੇ ਇਹਨਾਂ ਦੀ ਇੰਡਸਟਰੀ ਆ ਉਹ ਪਲਿਊਟ ਕਰ ਰਹੀ ਆ ਉਹਨੂੰ ਜਦੋਂ ਕਿ ਕਿਸਾਨ 6 ਮਹੀਨੇ ਸਾਲ 'ਚ ਇੱਕ ਵਾਰੀ ਅੱਗ ਲਾਉਂਦਾ ਸਾਲ ਚ ਇੱਕ ਵਾਰ ਹੀ ਅੱਗ ਲਾਉਂਦਾ ਵਾ ਉਹ ਵੀ ਸਾਰੇ ਨਹੀਂ ਲਾਉਂਦੇਗੇ ਮਤਲਬ 30% ਮੈਕਸਿਮਮ 30% ਕਹਿ ਰਿਆ ਮੈਂ ਹੋ ਸਕਦਾ ਵੀ ਉਦੋਂ ਘੱਟ ਹੀ ਹੋਣ ਫਿਗਰ ਨੇ ਜਦੋਂ ਆਊਟ ਕਰਾਂਗੇ ਆਪਾਂ ਤਾਂ 30% ਲੋਕ ਨੇ ਜਿਹੜੇ ਅੱਗ ਲਾਉਂਦੇ ਆ ਅਦਰਵਾਈਜ਼ ਸਾਰੇ ਨਹੀਂ ਲਾਉਂਦੇਗੇ ਜੀ ਤੇ ਉਹਦੇ ਲਈ ਇਹੀ ਆ ਕਿ ਜੇ ਦੂਜਾ ਉਹਨਾਂ ਨੇ ਜਿਹੜਾ ਮੰਨਿਆ ਵਾ ਉਹ ਜਿਹੜਾ ਹਜੇ ਕਾਨੂੰਨ ਬਣਨਾ ਸੀ ਉਹਨੂੰ ਹੋਲਡ ਅਪ ਕਰਿਆ ਵਾ ਉਹ ਉਹਨਾਂ ਨੇ ਵਾਪਸ ਨਹੀਂ ਲਿਆਗਾ ਵਾਪਸ ਉਹਨਾਂ ਨੇ ਕੋਈ ਇੱਕ ਵੀ ਚੀਜ਼ ਨਹੀਂ ਲਈਏ ਸਿਰਫ ਲੌਲੀਪੌਪ ਲਿਆ ਤੇ ਪ੍ਰੋਪਗੈਂਡਾ ਉਹ ਇਹ ਕਰ ਰਿਹਾ ਸੀ ਅੱਧੀਆਂ ਮੰਗਾ ਇਹਨਾਂ ਦੀਆਂ ਮੰਨ ਲਈਆਂ ਤੇ ਅੱਧੀਆਂ ਰਹਿ ਗਈਆਂ ਇਹੋ ਜਿਹਾ ਕੁਛ ਨਹੀਂਗਾ ਹਜੇ ਜਿੰਨਾ ਚਿਰ ਸਹੀ ਨਹੀਂ ਹੁੰਦਾ ਕਲੀਅਰ ਆਊਟ ਨਹੀਂ ਹੁੰਦਾ ਉਹਨਾਂ ਚੱਕਰ ਕੁਝ ਕਹਿਣਾ ਜਲਦਬਾਜੀ ਹੈ ਰੇਟ ਦੀ ਗੱਲ ਕੀਤੇ ਵੇ ਕਿਲਾ ਕੀ ਰੇਟ ਚੱਲ ਰਿਹਾ ਹੈ ਅੱਜ ਕੱਲ ਜੇ ਆਪਾਂ ਜਿੱਥੇ ਇਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਕਿਲਾ ਰੇਟ ਕੀ ਹੈ ਜੀ ਰੇਟ ਤਾਂ ਦੇਖੋ ਗਵਰਨਮੈਂਟ ਤੈਅ ਕਰਦੀ ਹੈ ਸਾਡੇ ਜਿਹੜੇ ਕਮਰਸ਼ੀਅਲਾਈਜ਼ ਆ ਜਦੋਂ ਹੁੰਦਾ ਵਾ ਉਦੋਂ ਇਹ ਟਾਈਮ ਬਾਈ ਟਾਈਮ ਅਪ ਡਾਊਨ ਆਉਂਦੀ ਰਹਿੰਦੀ ਹੈ ਫਾਲ ਆਊਟ ਆਉਂਦੇ ਰਹਿੰਦੇ ਆ ਜਿਵੇਂ ਅੱਜ ਕੱਲ੍ਹ ਕੁਝ ਲਾਕਡਾਊਨ ਕਰਕੇ ਕੁਝ ਆਪਣੇ ਆ ਆ ਸੀਜ਼ਨ ਕਰਕੇ ਤੇ ਸਾਰਾ ਕੁਝ ਉਹਨੂੰ ਥੱਲੇ ਜਾ ਰਿਹਾ ਵਾ ਆਲ ਓਵਰ ਦੇ ਵਰਥ ਦੇ ਨਾਲ ਆ ਇਹ ਇਕੱਲਾ ਇੱਕ ਕਿਸਾਨ ਮੈਂ ਤੁਹਾਨੂੰ ਜਿਵੇਂ ਸਟਾਰਟਿੰਗ 'ਚ ਕਿਹਾ ਸੀ ਵੀ ਕਿ ਜੋ ਸ਼ੁਰੂਆਤ ਹੁੰਦੀ ਆ ਇਸ ਮਿੱਟੀ ਤੋਂ ਹੁੰਦੀ ਆ ਜੇ ਮਿੱਟੀ ਤੇ ਕੰਮ ਕਰਨ ਵਾਲਾ ਬੰਦਾ ਜਾਂ ਜੋ ਪਬਲਿਕ ਆ ਜਾਂ ਕਿਸਾਨ ਆ ਉਹ ਚਾਹੇ ਮਜ਼ਦੂਰ ਆ ਜਿਹੜਾ ਮਿੱਟੀ ਨਾਲ ਖੇਡਦਾ ਵਾ ਜੇ ਉਹ ਕਾਮਯਾਬ ਤਾਂ ਅਸੀਂ ਸਾਰੇ ਕਾਮਯਾਬ ਜੇ ਇਹ ਫੇਲ ਹੋਣਗੇ ਤਾਂ ਸਾਰੇ ਫੇਲ ਆ। ਇੱਕ ਧਾਰਨਾ ਬਣੀ ਹੋਈ ਸੀ ਵੀ ਜਿਹੜਾ ਖੇਤਾਂ ਵਿੱਚ ਕੰਮ ਕਰਦਾ ਵਾ ਉਹ ਬੰਦਾ ਪੀਓਰ ਬੰਦਾ ਸਿੱਧਾ-ਸਾਦਾ ਵਾ। ਸਿੱਧਾ-ਸਾਦਾ ਅਸੀਂ ਹੋ ਸਕਦੇ ਆ ਪਰ ਬੇਫਕੂਫ ਨਹੀਂ ਹੋ ਸਕਦੇ। ਇਹ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵਾ। ਇਹ ਗੋਦੀ ਮੀਡੀਆ ਨੂੰ ਵੀ ਸਮਝਣਾ ਚਾਹੀਦਾ ਵਾ। ਜੋ ਕਿਸਾਨੀ ਅੰਦੋਲਨ ਤੋਂ ਇੱਕ ਨਿਕਲ ਕੇ ਸਾਫ਼ ਚੀਜ਼ ਸਾਹਮਣੇ ਆਈ ਆ ਵੀ ਜਿਹੜੇ ਕਿਸਾਨ ਨੇ ਉਹ ਐਜੂਕੇਸ਼ਨ ਨੇ ਤੁਸੀਂ ਵੀ ਇੰਜੀਨੀਅਰ ਹੋ, ਉੱਥੇ ਵੀ ਵੱਡੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਜਿਹੜੇ ਕਿਸਾਨ ਨੇ ਉੱਥੇ ਬੈਠੇ ਨੇ ਜਿਹੜੇ ਇੱਥੇ ਇੰਗਲਿਸ਼ ਵਿੱਚ ਉੱਥੇ ਡਿਬੇਟਸ ਕਰਦੇ ਨੇ, ਉੱਥੇ ਇੱਕ ਧਾਰਨਾ ਬਣਾਈ ਗਈ ਸੀ ਯਾਰ ਵੀ ਕਿਸਾਨ ਤਾਂ ਬਸ ਸਿੱਧਾ ਸਾਦਾ ਵਾ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈਗਾ ਉਹ ਜਿਹੜੇ ਕਿਸਾਨ ਨੇ ਜਿਹੜੇ ਉਹਨਾਂ ਦੇ ਗਲ ਚ ਪਏ ਹੋਇਆ ਜਿਹੜੇ ਉਹਨਾਂ ਨੇ ਫਿਲਮਾਂ ਦੇ ਵਿੱਚ 90 60 ਵਾਲੀਆਂ ਫਿਲਮਾਂ ਦੇ ਵਿੱਚ ਬਚਪਨ ਦੇ ਵਿੱਚ ਦੇਖੇ ਹੋਏ ਨੇ ਉਹਨਾਂ ਨੂੰ ਉਹ ਲੱਗਦਾ ਵੀ ਇਹ ਉਹ ਜ਼ਿਮੀਦਾਰ ਨੇ ਜਿਹੜੇ ਸਾਡੇ ਸੈਂਟਰ ਇੰਡੀਆ ਦੇ ਵਿੱਚ ਜਾਂ ਸਾਊਥ ਇੰਡੀਆ ਦੇ ਵਿੱਚ ਧੋਤੀ ਬਨ ਕੇ ਗਰੀਬ ਕਿਸਾਨ ਜਿਹੜੇ ਬੜਦਨਾ ਖੇਤੀ ਕਰਦੇ ਸਾਡੇ ਵੀ ਬਜ਼ੁਰਗ ਕਰਦੇ ਸੀ ਬੜਦਨਾ ਖੇਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ 60 ਤੋਂ ਪਹਿਲਾਂ ਸਾਡੇ ਬਜ਼ੁਰਗ ਵੀ ਕਰਦੇ ਹੁੰਦੇ ਸੀ ਲੇਕਿਨ ਸਾਡੇ ਤਰੱਕੀ ਇੰਨੀ ਹੋਈ ਜ਼ਮੀਨ ਜ਼ਰਖੇਜ ਸੀਗੀ ਉਹਦੀ ਵਜ੍ਹਾ ਨਾਲ ਪੈਸਾ ਆਇਆ ਪੈਸੇ ਦੇ ਨਾਲ ਸਾਡੇ ਕੋਲੇ ਖੇਤੀਬਾੜੀ ਵਾਲੇ ਸੰਦ ਆਏ ਉਹਦੇ ਨਾਲ ਸਾਡਾ ਲਿਵਿੰਗ ਸਟੈਂਡਰਡ ਜਿਹੜਾ ਸੀ ਅਪ ਹੋਇਆ ਤੇ ਸਾਡੇ ਬੱਚੇ ਗਵਰਨਮੈਂਟਾਂ 'ਚ ਪੜ੍ਹੇ ਹੁਣ ਵੀ 80% ਜਵਾਨੀ ਪੰਜਾਬ ਦੀ ਜਿਹੜੀ ਬਾਹਰ ਜਾ ਰਹੀ ਆ ਪੋਸਟ ਗ੍ਰੈਜੂਏਟ ਗ੍ਰੈਜੂਏਟ ਤੇ ਪਲੱਸ ਇੰਟਰਮੀਡੀਏਟ ਕਰਕੇ ਤੇ ਉਹ ਕਿਉਂ ਨਹੀਂ ਇੰਗਲਿਸ਼ ਬੋਲਣਗੇ ਯਾਰ ਉਹ ਕੋਈ ਉਹ ਅਨਪੜਾਂ ਦੇ ਜਵਾਬ ਨਹੀਂਗੇ ਵੀ ਜੇ ਅਸੀਂ ਨਹੀਂ ਮੰਨ ਲਓ ਅਸੀਂ ਵੀ ਪੜੇ ਆ ਸਾਡੇ ਬਜ਼ੁਰਗ 10-10 ਪੜੇ ਸੀ ਉਹਨਾਂ ਦੇ ਬਜ਼ੁਰਗ ਜਮ੍ਹਾਂ ਅਨਪੜ ਸੀਗੇ ਹੁਣ ਅਸੀਂ ਜੇ ਗ੍ਰੈਜੂਏਟ ਆ ਸਾਡੇ ਬੱਚੇ ਆਪੇ ਡਾਕਟਰ ਜਾਂ ਫਿਲਾਸਫਰ ਜਾਂ ਕੁਛ ਵੀ ਉਹ ਸਤੋਂ ਉੱਪਰ ਹੀ ਜਾਣਗੇ 100 ਚੋਂ 1-2% ਹੁੰਦੇ ਆ ਜਿਹੜੇ ਥੱਲੇ ਜਾਂਦੇ ਆ ਇਹਦੇ ਵਿੱਚ ਵੀ ਇੱਕ ਚੀਜ਼ ਉਹਨਾਂ ਨੂੰ ਚੋਭੀ ਆ ਚਲੋ ਤੁਸੀਂ ਇੱਥੇ ਮਿੱਟੀ ਨਾਲ ਮਿੱਟੀ ਹੁੰਦੀਆਂ ਤੁਸੀਂ ਮਿਹਨਤ ਕਰਦੇ ਜਿਹੜਾ ਮਿਹਨਤ ਕਰਦਾ ਮਿਹਨਤਰਾ ਬੰਦਾ ਹਰੇਕ ਬੰਦਾ ਉੱਪਰ ਜਾਂਦਾ ਵਾ ਹੁਣ ਇਹ ਨਹੀਂ ਜੇ ਬੰਦਾ ਮਿਹਨਤ ਕਰਦਾ ਵਾ ਤੋਂ ਆਪਣਾ ਲੀ ਨਾ ਪੈਂਦਾ ਵਾ ਫੋਟੋ ਵਾਇਰਲ ਕਰਦੇ ਨੇ ਜੀ ਕਿਸਾਨ ਤੋਂ ਥਰ ਪੇ ਬੈਠਾ ਹੈ ਕਿਸਾਨ ਪੀਜੇ ਖਾ ਰਹਾ ਹੈ ਕਿਸਾਨ ਇਹ ਕਰ ਰਹਾ ਹੈ ਕਿਸਾਨ ਕੇ ਪਾਸ ਲੱਖ ਰੁਪਏ ਦਾ ਮੋਬਾਈਲ ਹੈ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਕੋਲ ਲੱਖ ਦਾ ਮੋਬਾਈਲ ਵੀ ਹੋ ਸਕਦਾ ਔਰ ਕੋ 2 ਲੱਖ ਦਾ ਮੋਬਾਈਲ ਵੀ ਹੋ ਸਕਦਾ ਨਹੀਂ ਉਹ ਮੋਬਾਈਲ ਜਿਹੜੇ ਅੱਜ ਕੱਲ ਆ ਮੋਦੀ ਨੇ ਤਾਂ ਜੀਐਸਟੀ ਲਾਈ ਹੋਈ ਆ ਉਹ ਤਾਂ ਕੱਲੀ ਕੱਲੀ ਚੀਜ਼ ਉਹ ਜਿਹੜੀ ਵੀ ਤੁਸੀਂ ਉਹਦੇ ਵਿੱਚ ਪਾਓ ਸਰਚ ਕਰੋ ਤੁਹਾਨੂੰ ਕੱਲੀ ਕੱਲੀ ਚੀਜ਼ ਪਤਾ ਲੱਗ ਜੂ ਕਿਹੜੇ ਬੰਦੇ ਕੋਲੇ ਕੀ ਆ ਤੇ ਅੱਜ ਕੱਲ ਜਿਵੇਂ ਪਹਿਲਾਂ ਸੀਗੀ ਵੀ ਖੇਤੀ ਇਹਦੇ ਵਿੱਚੋਂ ਢਾਂਚੇ ਚੋਂ ਬਾਹਰ ਸੀ ਇਕਨੋ ਪਿਛਲੇ 10 ਸਾਲਾਂ ਤੋਂ ਵਿੱਚ ਆ ਗਈ ਆ ਇਹਦੇ ਟੈਕਸ ਵੀ ਪੇ ਹੋ ਰਿਹਾ ਚਾਹੇ ਉਹ ਰੂਰਲ ਦੇ ਅੰਦਰ ਹੀ ਆ ਰਹੀ ਆ ਪਰ ਇਹਦੇ ਟੈਕਸ ਅਸੀਂ ਪੇ ਕਰ ਰਹੇ ਹਾਂ ਹੁਣ ਤਾਂ ਉਹ ਪਹਿਲਾਂ ਜਿਹੜੇ ਜੇ ਫਾਰਮ ਹੁੰਦੇ ਸੀ ਉਹ ਵੀ ਬੰਦ ਹੋ ਗਏ ਵੇ ਸਿੱਧੀ ਗਵਰਨਮੈਂਟ ਨੀਵਾ ਉਹਨੂੰ ਗਵਰਨਮੈਂਟ ਕੋਲੇ ਕਿਲੋ-ਕਿਲੋ ਚੀਜ਼ ਦੀ ਜਾਣਕਾਰੀ ਆ ਵੀ ਇਹ ਇੰਨਾ ਖੇਤ ਦੇ ਵਿੱਚ ਜਾਂ ਇੰਨੇ ਪਰਸੈਂਟ ਕਿੱਥੋਂ ਅਨਾਜ ਪੈਦਾ ਹੋਇਆ ਕਿਹੜਾ ਹੋਇਆ ਜਿਹੜਾ ਸਵਾਲ ਇਹ ਸੀ ਵੀ ਉਹਨਾਂ ਨੂੰ ਇਹ ਕਿਉਂ ਲੱਗਦਾ ਵੀ ਕਿਸਾਨ ਗਰੀਬ ਹੀ ਰਹੇ ਕਿਸਾਨ ਵੱਡੀ ਚੀਜ਼ ਨਾ ਉਹ ਹੀ ਦੱਸ ਰਿਹਾ ਵੀ ਉਹਨਾਂ ਕੋਲੇ ਪਰਸੈਂਟੇਜ ਦੀ ਚਾਰ ਜੇ ਉਹ ਪੈਸਾ ਅਰਨ ਕਰ ਰਿਹਾ ਜੇ ਮੈਂ ਅਰਨ ਕਰ ਰਿਹਾ ਤਾਂ ਮੈਨੂੰ ਖਰਚਣ ਦੇ ਕੋਈ ਸ਼ਰਮ ਮਹਿਸੂਸ ਨਹੀਂ ਮੈਨੂੰ ਸ਼ਾਨ ਆ ਕਿ ਮੇਰੇ ਕੋਲੇ ਆ ਵੀ ਚੀਜ਼ ਹੈਗੀ ਆ ਜਿਹੜੀ ਦੁਨੀਆ ਦੇ ਹੋਰ ਕਿਸੇ ਲੋਕ ਕੋਲੇ ਹੈ ਨਹੀਂ ਅਸੀਂ ਉਹ ਕੱਲੀਆਂ ਥਾਰਾਂ ਕਿਉਂ ਇੱਥੇ ਤਾਂ ਹਮਰਾਂ ਤੁਰੀਆਂ ਫਿਰਦੀਆਂ ਨੇ ਅਜੇ ਤਾਂ ਲੈ ਕੇ ਨਹੀਂ ਗਏ ਨਾ ਹਜੇ ਤਾਂ ਬਹੁਤ ਇਕਾਦੁੱਕਾਂ ਗਈਆਂ ਨੇ ਉੱਥੇ ਹਜੇ ਤਾਂ ਕੱਲੇ ਟਰੈਕਟਰ ਟਰਾਲੀਆਂ ਨੇ ਜੇ ਕਿਤੇ ਕੱਲ ਨੂੰ ਕੋ ਕਹਿ ਦੇਣ ਵੀ ਤੁਸੀਂ ਜਿੰਨਾ ਤੁਹਾਡੇ ਕੋਲੇ ਵਧੀਆ ਤੋਂ ਵਧੀਆ ਚੀਜ਼ ਆ ਜਾਂ ਜਾਨ ਘੋੜੇ ਆ ਜਾਂ ਜਾਂ ਸਾਡੇ ਕੋਲੇ ਗੱਡੀਆਂ ਨੇ ਵਹੀਕਲ ਨੇ ਜਾਂ ਸਾਡੇ ਕੋਲੇ ਹੋਰ ਜਿੰਨੀ ਲਗਜ਼ਰੀ ਲਾਈਫ ਜੇ ਅਸੀਂ ਉਹ ਲੈ ਕੇ ਆ ਗਏ ਤਾਂ ਇਹਨਾਂ ਨੇ ਤਾਂ ਖਤਮ ਹੋ ਜਾਣਾ ਵੀ ਇਹਨਾਂ ਕੋਲੇ ਰੁਪਈਆ ਕਿੱਥੋਂ ਆ ਗਿਆ ਇਹਨਾਂ ਜਦੋਂ ਕਿ ਅਸੀਂ ਹਰ ਚੀਜ਼ ਦੇ ਉੱਤੇ ਉਹਨਾਂ ਨੂੰ ਟੈਕਸ ਪੇਏਬਲ ਸ਼ਹਿਰੀਆਂ ਅਸੀਂ ਹਰ ਚੀਜ਼ ਦੇ ਉੱਤੇ ਟੈਕਸ ਦਿੰਨੇ ਕੱਲੀ-ਕੱਲੀ ਤੇ ਇਹਦੇ ਵਿੱਚ ਕੋਈ ਉਹ ਆਪਦੇ ਨਹੀਂ ਉਹ ਪ੍ਰੋਪਾਗੈਂਡਾ ਕਰ ਰਹੇ ਆ ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਉਹ ਸਿਰਫ ਜਿਹੜੇ ਮੀਡੀਆ ਹਾਊਸ ਨੇ ਨਾ ਗੋਦੀ ਮੀਡੀਆ ਹਾਊਸ ਨੇ ਉਹ ਸਿਰਫ ਇਹੀ ਚੀਜ਼ ਨੂੰ بار-बार ਲੋਕਾਂ ਦੇ ਅੱਗੇ ਹਾਈਲਾਈਟ ਕਰ ਰਹੇ ਨੇ ਕਿ ਇਹ ਰਿਐਲਿਟੀ ਦੇ ਤੋਂ ਬਹੁਤ ਦੂਰ ਨੇ ਜਦੋਂ ਕਿ रियलिटी तो वो दूर ਨੇ ਐਕਚੁਅਲੀ ਤੁਸੀਂ ਇੱਕ ਪਿਕਚਰਾਈਜ਼ ਕਰਨੀ ਹੈ ਕਿ ਜ਼ੂਮ ਕਰਕੇ ਗੱਲ ਕਰਨੀ ਹੈ ਇੱਕ ਤੁਸੀਂ ਬੰਦੇ ਦੇ ਫੇਸ ਟੂ ਫੇਸ ਗੱਲ ਕਰ ਰਹੇ ਆਪਾਂ ਇੱਕ ਕੋਈ ਉੱਥੋਂ ਸੜਕ ਤੋਂ ਤੁਰਿਆ ਆਉਂਦਾ ਸਰ ਉੱਥੋਂ ਕਰਦਾ ਹੋਇਆ ਜਾਂ ਲੰਘ ਜਵੇ ਵੀ ਉਹ ਬੰਦੇ ਖੜੇ ਨੇ ਜੀ ਉਹ ਗੱਲਾਂ ਕਰ ਰਹੇ ਆ ਬੜੇ ਖੁਸ਼ ਨੇ ਹੋ ਸਕਦਾ ਅਸੀਂ ਕੋਈ ਸਾਡੇ ਕੋਲੇ ਖੁਸ਼ੀ ਦਾ ਸਾਧਨ ਕੋਈ ਹੋਰ ਹੋਵੇ ਜ਼ਰੂਰੀ ਨਹੀਂ ਹੈਗਾ ਹੁਣ ਨਜੇ ਨਵੇਂ ਸਾਲ ਦਾ ਪਹਿਲਾ ਦਿਨ ਆ ਨਾ ਤੁਸੀਂ ਸਾਨੂੰ ਕੰਗ੍ਰੈਚੂਲੇਟ ਕਰਿਆ ਨਾ ਅਸੀਂ ਕਰਿਆ ਵਜਾ ਕਿ ਜਿੰਨਾ ਚਿਰ ਸਾਡੇ ਉੱਥੇ ਬੰਦੇ ਬੈਠੇ ਆ ਉਹ ਨਹੀਂ ਜਿੱਤਦੇ ਜੰਗ ਅਸੀਂ ਉਹਨਾਂ ਚਿਰ ਇਹ ਚੀਜ਼ਾਂ ਨੂੰ ਅਲਾਉ ਨਹੀਂ ਕਰਾਂਗੇ ਵੀ ਸਾਨੂੰ ਇਹ ਚਾਹੀ ਕੌਂਗ੍ਰੈਚੁਲੇਟ ਕਰਨਾ ਚਾਹੀਦਾ ਵਾ ਕਿਉਂਕਿ ਇਸੇ ਲਈ ਮੈਂ ਬਾਰ ਬਾਰ ਤੁਹਾਡੇ ਮਾਰੇ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਕਿਹਾ ਹੋਇਆ ਦਾ ਕੋਈ ਫਾਇਦਾ ਨਹੀਂ ਉਹ ਸਿਰਫ ਸਰਕਾਰ ਦੀ ਬੋਲੀ ਬੋਲ ਰਿਹਾ ਸਰਕਾਰ ਤੋਂ ਉਹਨਾਂ ਨੇ ਪੈਸੇ ਲੈਣੇ ਆ ਸਰਕਾਰ ਤੋਂ ਉਹਨਾਂ ਨੇ ਚੀਜ਼ਾਂ ਲੈਣੀਆਂ ਨੇ ਫਾਇਦੇ ਲੈਣੇ ਆ ਤਾਂ ਕਰਕੇ ਆਦਰਵਾਈਜ਼ ਇਹ ਜੀ ਕੋਈ ਗੱਲ ਨਹੀਂ ਅਸੀਂ ਨਾ ਕੱਲ ਸ਼ਹਿਰੀ ਵਰਗ ਤੋਂ ਇੰਟਰਵਿਊ ਕੀਤੀ ਸੀ ਉੱਥੇ ਚਲੋ ਇੱਕ ਦੋ ਸੀਗੇ ਉਸ ਮੈਂਟੈਲਿਟੀ ਵਾਲੇ ਨੇ ਉਸ ਤਰ੍ਹਾਂ ਦੀ ਗੱਲ ਕੀਤੀ ਪਰ ਇੱਕ ਸਿਆਣੀ ਗੱਲ ਇਹ ਆਈ ਆ ਤੇ ਉੱਥੇ ਵਪਾਰੀ ਨੇ ਇਹ ਕਿਹਾ ਵੀ ਤੁਸੀਂ ਆਪਾਂ ਸ਼ਹਿਰੀਆਂ ਮਿੰਨਾਂ ਨਾਲ ਗੱਲ ਕੀਤੀ ਵੀ ਤੁਸੀਂ ਸ਼ਹਿਰੀ ਹੋ ਤੁਸੀਂ ਸਾਡੇ ਕੋਲ ਇੱਕ ਚੀਜ਼ ਲੈ ਜਾਓਗੇ ਤੁਹਾਨੂੰ ਇਹ ਵੀ ਮੇਰਾ ਇੱਥੇ ਕਿਲੋਮੀਟਰ 1.5 ਕਿਲੋਮੀਟਰ ਮੈਂ ਦੁਬਾਰਾ ਲੈ ਆਉਂਗਾ ਪਰ ਜਦੋਂ ਕਿਸਾਨ ਆਉਂਦਾ ਵਾ ਪਿੰਡਾਂ ਚੋਂ ਆਉਂਦੇ ਆ ਲੋਕ ਉਹ ਇੱਥੋਂ ਪਿੰ 20000 ਦਾ ਸਮਾਨ ਲੈ ਕੇ ਜਾਂਦਾ ਕੋਈ 30 40000 ਦਾ ਕੋਈ ਲੱਖ ਰੁਪਏ ਤੱਕ ਦਾ ਸਮਾਨ ਲੈ ਕੇ ਜਾਂਦਾ ਵਾ ਉਹ ਉਸ ਚੀਜ਼ ਦੀ ਮਰੀ ਕੁਆਲਿਟੀ ਕਰੋ ਜੀ ਵੀ ਕਿਉਂਕਿ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਆਰਥਿਕਤਾ ਵਾ ਉਹ ਸਾਡੇ ਪਿੰਡਾਂ ਨਾਲ ਜੁੜੀ ਹੋਈ ਹੈ ਨਹੀਂ ਉਹਦੀ ਵਜ੍ਹਾ ਹੈ ਹੀ ਆ ਕਿਉਂਕਿ ਉਹ ਦੇਖੋ ਜਿਹੜੇ ਦੁਕਾਨਦਾਰ ਨੇ ਜੋ ਬੇਸਿਕ ਹੈਗੇ ਉਹ ਮੇਨ ਸ਼ਹਿਰ ਚ ਨੇ ਜਿਵੇਂ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਆਪਣੇ ਜਿੰਨੀਆਂ ਮੰਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਆੜਤੀਏ ਹੁੰਦੇ ਸੀ ਉਹਨਾਂ ਦੀਆਂ ਹੀ ਜ਼ਿਆਦਾਤਰ ਜਿਹੜਾ ਪੁਰਾਣਾ ਲੁਧਿਆਣਾ ਵਾ ਜਿਨ੍ਹਾਂ ਨਾਲ ਜੁੜੇ ਹੋਏ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਜ਼ਿਆਦਾਤਰ ਦੁਕਾਨਾਂ ਨੇ ਉਹਨਾਂ ਦੀਆਂ ਤੇ ਜ਼ਿਆਦਾਤਰ ਉਹਨਾਂ ਦੇ ਉਹਨੇ ਆਪਣੇ ਕੀ ਕਹਿੰਦੇ ਨੇ ਸਟੋਰ ਵਗੈਰਾ ਕੱਪੜੇ ਦੇ ਹੋਰ ਹਰ ਚੀਜ਼ ਦੇ ਕਨ ਸ਼ੋਰੂਮ ਵਗੈਰਾ ਨੇ ਉਹਨਾਂ ਦਾ ਐ ਹੁੰਦਾ ਵਾ ਵੀ ਅਸੀਂ ਉਹਨਾਂ ਦੇ ਫਸਲ ਸਿੱਟਣੀ ਆ ਪੈਸਾ ਲੈਣਾ ਤਾਂ ਕਰਕੇ ਉਹਨਾਂ ਤੋਂ ਇੱਕ ਵਾਰੀ ਉਹ ਅਸੀਂ ਇਕੱਠਾ ਸਮਾਨ ਲੈ ਆਈਦਾ ਵੀ ਚਲੋ ਬਾਰ-ਬਾਰ ਆਉਣ ਜਾਣ ਨੂੰ ਫੈਮਿਲੀ ਦੇ ਵਿੱਚ ਜਾਂ ਫਿਰ ਸਾਡੇ ਜਿਹੜੇ ਇਕੱਠੇ ਲਿਆਉਣ ਦਾ ਹੁੰਦਾ ਵਾ ਅਕ ਕਿ ਆ ਸੀਜ਼ਨ ਆਪਣਾ ਹੁਣ ਵਿਆਹਾਂ ਦਾ ਚੱਲ ਪੈਣਾ ਵਾ ਤੇ ਉਹਦੇ ਵਿੱਚ ਸਮਾਨ ਆਉਣਾ ਮਾ ਕੱਪੜੇ ਵੀ ਆਉਣੇ ਨੇ ਦਾਲ ਸਬਜ਼ੀ ਵੀ ਹੋਣੀ ਆ ਹਰ ਚੀਜ਼ ਹੋਣੀ ਆ ਜ਼ਰੂਰਤ ਦੀ ਉਹ ਤਾਂ ਕਰਕੇ ਉਹ 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 ਮੈਂ ਜਿਵੇਂ ਸਟਾਰਟਿੰਗ ਚ ਹੀ ਕਿਹਾ ਸੀ ਨਾ ਕਿ ਜੇ ਜ਼ਮੀਨ ਜ਼ਿਮੀਦਾਰ ਖਤਮ ਹੋ ਗਿਆ ਤਾਂ ਸਾਰਾ ਕੁਝ ਹੀ ਕਲੈਸ਼ ਕਰ ਜਾਊਗਾ ਇਹਨੂੰ ਇਹ ਨਾ ਸਮਝੋ ਵੀ ਇਹ ਇਕੱਲਾ ਜ਼ਿਮੀਦਾਰ ਦਾ ਨੁਕਸਾਨ ਆ ਇਹ ਸਾਡੀ ਸਾਰੀ ਕਮਿਊਨਿਟੀ ਦਾ ਨੁਕਸਾਨ ਆ ਤਾਂ ਕਰਕੇ ਮੈਂ ਬਾਰ ਬਾਰ ਤੁਹਾਨੂੰ ਇਹ ਰਿਪੀਟ ਕਰ ਰਿਹਾ ਮੈਂ ਕਿ ਇਸ ਚੀਜ਼ ਨੂੰ ਉਹਨਾਂ ਨੂੰ ਮੁੱਦਾ ਬਣਾਉਣ ਨਾਲ ਸਾਨੂੰ ਇਸ ਚੀਜ਼ ਨੂੰ ਮੁੱਦਾ ਬਣਾਉਣਾ ਚਾਹੀਦਾ ਕਿ ਲੋਕ ਜਾਗਰੂਤ ਹੋਣ ਤੇ ਨਾਲ ਸਾਰੇ ਥੋੜਾ ਬਹੁਤਾ ਜਿੰਨਾ ਜਿੰਨਾ ਜਿੰਨੀ ਕ ਜਿੰਨੇ ਕੋਲੇ ਗਜਾਇਸ਼ ਆ ਬੰਦੇ ਕੋਲੇ ਚਾਹੇ ਤੁਸੀਂ ਵੀ ਇਹ ਥੋੜਾ ਵੀ ਇਹ ਯੋਗਦਾਨ ਆ ਕਿਉਂਕਿ ਤੁਸੀਂ ਇੱਕ মিডিਏ ਰਹੀਂ ਆਪਦਾ ਉਹ ਯੋਗਦਾਨ ਪਾ ਰਹੇ ਹੋ ਵੀ ਅਸੀਂ ਲੋਕਾਂ ਨੂੰ ਜਾਗਰੂਤ ਕਰਨਾ ਕਿ ਨਹੀਂ ਗਲਤ ਨੂੰ ਗਲਤ ਦਿਖਾਉਣਾ ਸੱਚ ਨੂੰ ਸੱਚ ਦਿਖਾਉਣਾ ਤਾਂ ਇਹ ਜ਼ਰੂਰੀ ਆ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਆ ਤੇ ਸਰਦਾਰ ਜੀ ਆਖਰੀ ਸਵਾਲ ਲਵਾਂਗਾ ਤੁਹਾਡੇ ਤੋਂ 4 ਤਰੀਕ ਨੂੰ ਮੀਟਿੰਗ ਹੈਗੀ ਆ 4 ਤਰੀਕ ਤੁਹਾਨੂੰ ਕੀ ਲੱਗਦਾ ਕਿ ਕੁਝ ਨਿਕਲ ਗਿਆ ਸਰਦਾ ਕੋਈ ਪੋਜ਼ਿਟਿਵ ਨਿਕਲ ਗਿਆ ਸੋ ਮੀਟਿੰਗ ਸੱਤ ਅੱਠ ਨੌ ਮੀਟਿੰਗਾਂ ਹੋਗੀਆਂ ਨੇ ਕੀ ਲੱਗਦਾ 4 ਤਰੀਕ ਨੂੰ ਤੁਹਾਨੂੰ ਜੀ ਨਹੀਂ ਮੁਸ਼ਕਲ ਲੱਗਦਾ ਵਾ ਹਜੇ ਕਿਉਂਕਿ ਦੇਖੋ ਜਿਹੜਾ ਟੋਟਲੀ ਬੇਸਿਕ ਆ ਨਾ ਜਿਹੜਾ ਪ੍ਰਾਈਮ ਮਿਨਿਸਟਰ ਆ ਸਾਡਾ ਉਹ ਉਸੇ ਤੇ ਅੜਿਆ ਹੋਇਆ ਵਾ ਵੀ ਮੇਰੀ ਸਾਖ ਨੂੰ ਢਾਹ ਨਾ ਲੱਗੇ ਉਹਨਾਂ ਨੇ ਕੀ ਦਿਖਾਉਣਾ ਵਾ ਉਹਨਾਂ ਨੇ ਸਾਨੂੰ ਇਹ ਦਿਖਾਉਣਾ ਕਿ ਮੈਂ ਨਹੀਂ ਚੁੱਕਿਆ ਉਹ ਸੁਪਰੀਮ ਕੋਰਟ ਦੇ ਥਰੂ ਬਾਸ ਆਊਟ ਕਰਨਗੇ ਅਦਰਵਾਈਜ਼ ਜੇ ਤੁਸੀਂ ਕਹੋ ਟੇਬਲ ਦੇ ਉੱਤੇ ਟॉक ਕਰਕੇ ਉਹ ਕਲੀਅਰ ਆਊਟ ਕਰ ਦੇਣਗੇ ਇਹੋ ਜਿਹਾ ਕੁਝ ਨਹੀਂ ਉਹ ਮੈਨੂੰ ਕੋਈ ਉਮੀਦ ਨਹੀਂ ਗਈ ਚਰਚਾ ਹੋ ਰਹੀ ਹੈ ਵੀ ਸਟੇਟ ਨੂੰ ਅਧਿਕਾਰ ਦੇ ਦੇਣਗੇ ਕੋਈ ਵੈਸੇ ਵੀ ਅਧਿਕਾਰ ਸਟੇਟ ਦਾ ਹੀ ਸੀਗਾ ਹਾਂ ਸਟੇਟ ਦਾ ਇਹ ਹੈ ਹੀ ਸਟੇਟ ਦਾ ਵਾ ਸੈਂਟਰ ਦਾ ਹੀ ਨਹੀਂਗਾ ਸੈਂਟਰ ਦੇ ਅਗੇਂਸ ਸੈਂਟਰ ਦੇ ਵਿੱਚ ਕੀ ਆ ਹੁਣ ਅਸੀਂ ਆ ਉਹ ਕਹਿੰਦੇ ਜੀ ਤੁਸੀਂ ਪ੍ਰੋਡਿਊਸਰ ਹੋ ਅਸੀਂ ਪ੍ਰੋਡਿਊਸਰ ਨਹੀਂ ਅਸੀਂ ਡਿਵੈਲਪ ਕਰਦੇ ਆ ਅਸੀਂ ਕਾਣਕ ਦਿੰਨੇ ਆ ਆਟਾ ਨਹੀਂ ਬਣਾਉਂਦੇਗੇ ਅਸੀਂ ਕਣਕ ਵੇਚਦੇ ਆਂ ਅਸੀਂ ਆਟਾ ਨਹੀਂ ਵੇਚਦੇ ਅਸੀਂ ਝੋਨਾ ਵੇਚਦੇ ਆਂ ਚੌਲ ਨਹੀਂ ਵੇਚੇ ਠੀਕ ਆ ਜੇ ਅਸੀਂ ਆਟਾ ਵੇਚਣ ਲੱਗੇ ਫੇਰ ਇਹਨਾਂ ਤੋਂ ਅਸੀਂ ਕੀ ਬੱਟੀ ਦੇ ਆਂ ਅਸੀਂ 20 ਰੁਪਏ ਦੀ ਚੀਜ਼ ਦੇ ਕੇ ਮਤਲਬ 25 ਨੂੰ ਉੱਥੋਂ ਖਰੀਦਦੇ ਆ ਤਾਂ ਅਸੀਂ ਸਾਡਾ ਦਿਮਾਗ ਖਰਾਬ ਆ ਵੀ ਅਸੀਂ 20 ਰੁਪਏ ਦੇ ਵਿੱਚ ਹੀ ਅਸੀਂ ਆਟਾ ਬਣਾ ਕੇ ਨਾਲ ਵਿੱਚ ਫੇਰ ਇਹ ਸੈਂਟਰ ਦੇ ਅੰਡਰ ਆਉਂਦੀ ਆ ਜੇ ਜਦੋਂ ਅਸੀਂ ਬੇਸਿਕ ਪ੍ਰੋਡਿਊਸਰ ਆ ਤਾਂ ਅਸੀਂ ਸੈਂਟਰ ਦੇ ਮਹਿਕਮਾ ਨਹੀਂ ਇਹ ਹੈਗਾ ਇਹ ਸਟੇਟ ਗਵਰਨਮੈਂਟ ਦੀ ਹੈਗੀ ਆ ਤੇ ਸਟੇਟ ਗਵਰਨਮੈਂਟ ਨੂੰ ਹੀ ਇਹ ਕਰਨਾ ਪੈਣਾ ਵਾ ਬਾਇਲ ਆ ਤੇ ਬਾਇਲਾਓ ਹਾਰ ਰਹੇ ਨੇ ਉਸ ਜਗ੍ਹਾ ਦੇ ਉੱਤੋਂ ਉਹ ਹੁਣ ਉਹਨਾਂ ਨੂੰ ਉਹਨਾਂ ਨੇ ਇੱਕ ਬਣਾ ਲਈ ਹੈ ਸਟ੍ਰੈਟਜੀ ਕਿਉਂਕਿ ਸਾਡੀ ਜਿੰਨੀ ਵੀ ਕਿਸਾਨ ਯੂਨੀਅਨ ਨੇ ਕੋਈ ਵੀ ਸੁਪਰੀਮ ਕੋਰਟ ਚ ਨਹੀਂ ਗਈਗੀ ਕਿਉਂ ਕੋਈ ਉਹਨਾਂ ਨੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਦਿੱਤਾ ਸੀ ਕਿ ਤੁਸੀਂ ਸਾਡੇ ਨਾਲ ਜੁੜੋ ਤੇ ਸਾਨੂੰ ਦੱਸੋ ਵੀ ਤੁਹਾਨੂੰ ਮਤਲਬ ਕਿਉਂ ਦਿੱਕਤ ਆ ਰਹੀ ਹੈ ਤੇ ਇਹਨਾਂ ਨੇ ਜਵਾਬ ਦਿੱਤਾ ਵਾ ਠੋਕੇ ਬਹੁਤ ਵਧੀਆ ਕਰਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਆ ਕੇ ਸੁਪਰੀਮ ਕੋਰਟ ਦੇ ਮੋੜੇ ਤੇ ਰੱਖ ਕੇ ਚਲਾਉਣਗੇ ਵੀ ਅਸੀਂ ਨਹੀਂ ਕਰਿਆ ਸੁਪਰੀਮ ਕੋਰਟ ਨੇ ਕਰਾਇਆ ਵਾ ਤੇ ਜਦੋਂ ਕਿ ਪ੍ਰੋਪਰਲੀ ਇਹ ਹਾਰ ਰਹੀ ਹੈ ਗਵਰਨਮੈਂਟ ਹਰ ਪਾਸਿਓਂ ਇਹਨਾਂ ਕੋਲੇ ਕੋਈ ਬਚਣ ਦਾ ਰਾਹ ਨਹੀਂ ਲੱਭ ਰਿਆ ਇਹ ਟਾਈਮ ਜਿਹੜਾ ਟਾਈਮ ਵਿੱਚ ਸਾਡੇ ਗੈਪ ਪੈ ਰਿਹਾ ਨਾ ਉਹ ਇਸੇ ਚੀਜ਼ ਲਈ ਪੈ ਰਿਹਾ ਵਾ ਕਿ ਇਹਨਾਂ ਨੂੰ ਮਤਲਬ ਉਹ ਸਾਨੂੰ ਕੋਈ ਨਾ ਕੋਈ ਇੱਕ ਇਹ ਜਿਹਾ ਇਸ਼ੂ ਮਿਲ ਜਵੇ ਵੀ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਜਾਈਏ ਸੁਪਰੀਮ ਕੋਰਟ ਨੇ ਪਿੱਛੇ ਜਿਹੜਾ ਫੈਸਲਾ ਉਹਦੇ ਵਿੱਚ ਗੱਲ ਕੀਤੀ ਵੀ ਸੀ ਵੀ ਸਰਕਾਰ ਦੇ ਜਿਹੜੇ ਐਡਵੋਕੇਟ ਜਾਂਦਿਆਂ ਨੂੰ ਕਿਹਾ ਵੀ ਸੀ ਤੁਸੀਂ ਕਿਉਂ ਨਹੀਂ ਉਹਨਾਂ ਤੱਕ ਹੋਲਡ ਕਰ ਜਾਂਦੇ ਤੱਕ ਇਹ ਮਸਲਾ ਹੱਲ ਨਿਕਲ ਤੁਹਾਡੀ ਗੱਲ ਵੀ ਉਸੇ ਤਰ੍ਹਾਂ ਨਾਲ ਹੀ ਜੁੜਦੀ ਆ ਵੀ ਸੁਪਰੀਮ ਕੋਰਟ ਕਿਤੇ ਨਾ ਕਿਤੇ ਵਿੱਚ ਦਖਲ ਦੇਵਾ ਕੇ ਸੁਪਰੀਮ ਕੋਰਟ ਰਾਹੀਂ ਇਹ ਕੋਈ ਨਾ ਕੋਈ ਹੱਲ ਲੱਭਣਗੇ ਹਾਂ ਬਿਲਕੁਲ ਉਹਨਾਂ ਦਾ ਮੇਨ ਮਕਸਦ ਇਹੀ ਆ ਕਿ ਇਸੇ ਲਈ ਜਿਹੜੀ ਉਹਨੇ ਪ੍ਰਾਈਮ ਮਿਨਿਸਟਰ ਮੂਰੇ ਨਹੀਂ ਆ ਰਿਹਾ ਕਿ ਕੱਲ ਨੂੰ ਮੈਨੂੰ ਕੋਈ ਮਤਲਬ ਇਸ਼ੂ ਨਾ ਹੋਵੇ ਕਾਲੂ ਮੈਂ ਵੋਟਾਂ ਲੈਣੀਆਂ ਨੇ ਇਸੇ ਲਈ ਜਿਹੜਾ ਸਾਡਾ ਹੋਮ ਮਿਨਿਸਟਰ ਉਹਨੇ ਵੀ ਉਹ ਅਨ ਆਫੀਸ਼ੀਅਲ ਮੀਟਿੰਗ ਕਰੀ ਸੀ ਜਦੋਂ ਕਿ ਉਹਦਾ ਹੱਕ ਬਣਦਾ ਵਾ ਉਹ ਗ੍ਰਹਿ ਮੰਤਰੀ ਆ ਉਹਦਾ ਹੱਕ ਬਣਦਾ ਵਾ ਕਿ ਉਹ ਸਾਰੀਆਂ ਯੂਨੀਅਨਾਂ ਨੂੰ ਜੇ ਪ੍ਰਧਾਨ ਮੰਤਰੀ ਨਹੀਂ ਸੱਦ ਰਿਹਾ ਤਾਂ ਗ੍ਰਹਿ ਮੰਤਰੀ ਦਾ ਹੱਕ ਬਣਦਾ ਕਿ ਉਹਨਾਂ ਨਾਲ ਆਫੀਸ਼ੀਅਲ ਮੀਟਿੰਗ ਕਰਦਾ ਉਹ ਤੇ ਮੰਤਰੀਆਂ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਗਈ ਜੇ ਗ੍ਰਹਿ ਮੰਤਰੀ ਤੇ ਪ੍ਰਾਈਮ ਮਿਨਿਸਟਰ ਅਲਾਓ ਕਰ ਦੇਵੇ ਤਾਂ ਬਾਕੀ ਜਦੋਂ ਪਰਿਵਾਰ ਦਾ ਮੁਖੀ ਜਿਹੜਾ ਉਹ ਚੀਜ਼ ਨੂੰ ਜਹਾਜ ਸਹਿਮਤ ਹੋ ਜਵੇ ਤਾਂ ਜਿਹੜੇ ਦੂਜੇ ਪਰਿਵਾਰ ਦੇ ਚਾਚੇ ਤਾਏ ਹੁੰਦੇ ਆ ਉਹਨਾਂ ਦਾ ਕੋਈ ਉਹ ਮਤਲਬ ਮੈਨੇ ਨਹੀਂ ਰਖਾਉਂਦਾਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਤੁਸੀਂ ਸੁਣਿਆ ਇਹ ਕਿਸਾਨ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਸੋ ਜਿਹੜੀ ਅਫਵਾਹ ਗੋਦੀ ਮੀਡੀਆ ਉਡਾ ਰਿਹਾ ਅਸੀਂ ਦੂਰੋਂ ਵੀਡੀਓ ਬਣਾ ਬਣਾ ਕੇ ਵੀ ਕਿਸਾਨ ਤਾਂ ਖੇਤਾਂ ਵਿੱਚ ਖੜਾ ਵਾ ਤੇ ਉੱਥੇ ਲੋਕ ਹੋਰ ਬੈਠੇ ਸਾਫ਼ ਤੌਰ ਤੇ ਕਹਿਣਾ ਵਾ ਸੁੱਖ ਦਾ ਪਰਿਵਾਰ ਵੱਡੇ ਹੁੰਦੇ ਨੇ ਪਿੰਡਾਂ ਦੇ ਜੁਆਇੰਟ ਫੈਮਲੀਆ ਹੁੰਦੀਆਂ ਚਾਰ ਜੀ ਜਾਂਦੇ ਆ ਇੱਕ ਜੀ ਜੀ ਕਦੇ ਹੁੰਦਾ ਚਾਰ ਜੀ ਜਾਂਦੇ ਆ ਦੋ ਜੀ ਕਦੇ ਹੁੰਦੇ ਆ ਸੋ ਬਾਰੀ ਬਾਰੀ ਆਉਂਦੇ ਜਾਂਦੇ ਆ ਹਫਤਾ ਜਿਨ੍ਹਾਂ ਅਸੀਂ ਗੱਲ ਕੀਤੀ ਆ ਸਰਦਾਰ ਜੀ ਦੱਸਦੇ ਵੀ ਹਫਤਾ ਉਹ ਲਾ ਕੇ ਕਿ ਨੇ ਹੁਣ ਪਰਿਵਾਰ ਦੇ ਹੋਰ ਮੈਂਬਰ ਗਏ ਨੇ ਸੋ ਸਮਝਣ ਦੀ ਲੋੜ ਆ ਜਿਹੜਾ ਅੰਦੋਲਨ ਆ ਉਹਨੂੰ ਬਖੇਰੋ ਨਾ ਤੁਸੀਂ ਸਗੋਂ ਦੀ ਭਾਵਨਾਵਾਂ ਨੂੰ ਸਮਝੋ ਕਿਸਾਨਾਂ ਦੀ ਭਾਵਨਾਵਾਂ ਨੂੰ ਸਮਝੋ ਕਿਉਂਕਿ ਵਪਾਰੀ ਨੇ ਬਹੁਤ ਸੋਹਣੀ ਗੱਲ ਕੀਤੀ ਸੀ ਵੀ ਜਿਹੜਾ ਕਿਸਾਨੋਂ ਦਾ ਪਿੰਡਾਂ ਦੇ ਲੋਕ ਉਹਨੇ ਵੱਡੀ ਇੱਥੋਂ ਆ ਕੇ ਸ਼ਾਪਿੰਗ ਕਰਕੇ ਜਾਂਦੇ ਨੇ ਸਾਡੀ ਦੁਕਾਨ ਦੀ ਜਿਹੜੀ ਇੱਕ ਸੇਲ ਵੱਧੀ ਹੈ ਪਰ ਅੱਜ ਉਹ ਦੁਕਾਨਦਾਰ ਵਿਹਲੇ ਬੈਠੇ ਨੇ ਵਿਆਹ ਆਮਨੇ ਸੀਜ਼ਨ ਵੀ ਅੱਗੇ ਆ ਗਏ ਨੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਤੋਂ ਮੁੱਢ ਬੰਨਿਆ ਜਾਂਦਾ ਤਿਆਰੀਆਂ ਦਾ ਪਰ ਕਿਸਾਨ ਜਿਹੜਾ ਉਹ ਦਿੱਲੀ ਬੈਠਾ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਜਿਹੜੇ ਨੌਜਵਾਨ ਇਹਨਾਂ ਦਿਨਾਂ ਵਿੱਚ ਸ਼ਿਮਲੇ ਜਾ ਕੇ ਆਪਣਾ ਨਵਾਂ ਸਾਲ ਮਨਾਉਂਦੇ ਸੀ ਮਨਾਲੀ ਜਾ ਕੇ ਨਵਾਂ ਸਾਲ ਮਨਾਉਂਦੇ ਸੀ ਅੱਜ ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨੀ ਸੰਘਰਸ਼ ਤੇ ਵਿੱਚ ਜੁੜੇ ਹੋਏ ਨੇ ਸੋ ਇਸ ਚੀਜ਼ ਨੂੰ ਮੋਦੀ ਸਰਕਾਰ ਨੂੰ ਸਮਝਣ ਦੀ ਲੋੜ ਹੈ ਗੋਦੀ ਮਿਲ ਨੂੰ ਸਮਝਣ ਦੀ ਲੋੜ ਹੈ ਵੀ ਉਹ ਕਿਸਾਨਾਂ ਦੀ ਭਾਵਨਾਵਾਂ ਦੀ ਭਾਵਨਾਵਾਂ ਦੀ ਕਦਰ ਕਰ ਜਿਹੜੇ ਲੋਕ ਉੱਥੇ ਦਿੱਲੀ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰੇ ਤਾਂ ਜੋ ਜੇ ਕਿਸਾਨ ਖੁ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਹੋ ਸਕੇਗਾ ਮੈਂ ਇੰਦਰਪਾਲ ਸਿੰਘ ਧੋਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਰਹੋ ਪ੍ਰਾਈਮੂ ਦੇ ਸਸਿਕਨ